ਰਾਜਾ ਬਟਿੰਡ ਦੀ ਤਾਜਪੋਸ਼ੀ ਸੀ ਤਾਜਪੋਸ਼ੀ ਵੇਲੇ ਬੜਾ ਕੁਝ ਦੇਖਣ ਨੂੰ ਮਿਲਿਆ ਸਭ ਤੋਂ ਵੱਡੀ ਗੱਲ ਇਹ ਕਿ ਕਾਂਗਰਸ ਨੇ ਚਾਹੇ ਇਹ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸਭ ਕੁਝ ਅੱਛਾ ਆ ਪਰ ਅੱਛਾ ਨਹੀਂ ਰਹਾ ਸੁਨੀਲ ਜਾਖੜ ਸਮਾਗਮ ਵਿੱਚ ਆਏ ਨਹੀਂ ਨਵਜੋਤ ਸਿੰਘ ਸਿੱਧੂ ਸਮਾਗਮ ਵਿੱਚ ਆ ਕੇ ਵੀ ਦੂਰ ਰਹੇ ਪੰਜਾਬ ਦਾ ਕਿਸਾਨ ਜਿਹੜਾ ਪੂਰੇ ਮੁਲਕ ਵਿੱਚ ਮੰਨਿਆ ਜਾਂਦਾ ਕਿ ਮਿਹਨਤੀ ਆ ਹੱਡ ਭੰਨਵੀ ਜਿਹੜੀ ਉਹ ਮਿਹਨਤ ਕਰਦਾ ਪਰ باوجود ਦੇ ਉਹ ਕਰਜ਼ਾਈ ਕਿਉਂ ਆ ਕਿ ਬਖਸ਼ੀਸ਼ ਸਿੰਘ ਨਾਂ ਦਾ ਕਿਸਾਨ ਜਿਹੜਾ ਜੇਲ੍ਹ ਵਿੱਚ ਰਹਿ ਕੇ ਆਇਆ ਉਹਦਾ ਦੱਸਣਾ ਇਹ ਆ ਕਿ ਪੰਜਾਬ ਸਰਕਾਰ ਨੇ ਉਹਨੂੰ ਫੜ ਕੇ ਵਜ਼ਿੱਕੀ ਕੀਤੀ ਆ ਜੋ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ ਸੀ ਸੁਨੀਲ ਜਾਖੜ ਨੂੰ ਹਟਾਇਆ ਗਿਆ ਸੀ ਤਾਂ ਇਹ ਜਿਹੜਾ ਸਮਾਗਮ ਆ ਇਹ ਕਈ ਤਰ੍ਹਾਂ ਦਾ ਜਿਹੜਾ ਆ ਉਹ ਤਮਾਸ਼ਾ ਬਣ ਕੇ ਰਹਿ ਗਿਆ ਸੀ ਸੋ ਕਾਂਗਰਸ ਨੇ ਇਸ ਵਾਰੀ ਕਿਸੇ ਵੀ ਤਮਾਸ਼ੇ ਤੋਂ ਬਚਣ ਲਈ ਇੱਕ ਤਾਂ ਜਿਹੜਾ ਸਮਾਗਮ ਆ ਉਹਨੂੰ ਬਹੁਤ ਸੰਕੇਵ ਰੱਖਿਆ ਦੂਜਾ ਬੁਲਾਰਿਆਂ ਦੀ ਗਿਣਤੀ ਸਿਰਫ 2 ਤੱਕ ਸੀਮਿਤ ਰੱਖੀ ਐਕਟਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਹੱਥ ਵਿੱਚੋਂ ਬਰਫੀ ਦਾ ਪੀਸ ਖੋ ਕੇ ਪੇਸ਼ ਕਰਤੀ ਪਲੇਟ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਇਹੋ ਪਲੇਟ ਜਿਹੜੀ ਆ ਜਨ ਸਿੰਘ ਚੰਨੀ ਮੋਹਰੇ ਕਰਤੀ ਗਈ ਏਡੇ ਵੱਡੇ ਲੀਡਰਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਕਿਸੇ ਦੇ ਹੱਥ ਫੜਿਆ ਜਿਹੜਾ ਪੀਸ ਆ ਬਰਫੀ ਦਾ ਉਹ ਰਖਵਾ ਲਿਆ ਜਾਵੇ ਉਹ ਲੋਕ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ ਉਹ ਬੀਬੀਆਂ ਜਿਨ੍ਹਾਂ ਨੂੰ ਕੋਲ ਬਹਿ ਕੇ ਸਮੇਸਣੇ ਪਟਵਾਇਆ ਜੇ ਇਸ ਹਾਫ ਅਵਰ ਸੁਮੇਰ ਸਿਆਣੀ ਮੋੜ ਜੇਲਾ ਦੇ ਸੜਕੋ ਚੱਲ ਗਿਆ ਤਾਂ ਘੱਟੋ ਘੱਟ ਉਹਨਾਂ ਦੀ ਜਿਹੜੀ ਛਾਤੀ ਆ ਜਿਹੜਾ ਆ ਉਹ ਠਰ ਜੂ ਜਾਵੇਗੀ ਠੰਡ ਜੂ ਪੈ ਜਾਵੇਗੀ ਦਾ ਖਾਲਸ ਟੀਵੀ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਤੁਹਾਡਾ ਸਵਾਗਤ ਕਮਲ ਜੀ ਸਿੰਘ ਬਣਵਾਏ ਦੀ ਸੱਚੀ ਗੱਲ ਪ੍ਰਵਾਨ ਕਰਨਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਗ੍ਰਿਫਤਾਰੀ ਕੀ ਬਰੰਟ ਬਾਬ ਸਲੇ ਲਗਾਏ ਚਾਹੇ ਹੁਣ ਸਰਕਾਰ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋਣਗੀਆਂ ਪਰ ਦੁੱਖ ਦੀ ਗੱਲ ਇਹ ਕਿ ਸਰਕਾਰ ਨੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਸਾਨ ਕਰਜ਼ਾਈ ਹੋਏ ਕਿਉਂ ਆ ਪੰਜਾਬ ਦਾ ਕਿਸਾਨ ਜਿਹੜਾ ਪੂਰੇ ਮੁਲਕ ਵਿੱਚ ਮੰਨਿਆ ਜਾਂਦਾ ਕਿ ਮਿਹਨਤੀ ਆ ਹੱਡ ਭੰਨਵੀ ਜਿਹੜੀ ਉਹ ਮਿਹਨਤ ਕਰਦਾ ਪਰ ਬਾਵਜੂਦ ਇਹਦੇ ਉਹ ਕਰਜ਼ਾਈ ਕਿਉਂ ਆ ਅਸੀਂ ਸਿਰਫ ਉਹ ਦੋ ਕੇਸ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਦੋ ਕਿਸਾਨ ਜੇਲ੍ਹਾਂ ਵਿੱਚ ਗਏ ਸਨ ਸਭ ਤੋਂ ਪਹਿਲਾਂ ਇਹ ਕਿ ਬਖਸ਼ੀਸ਼ ਸਿੰਘ ਨਾਂ ਦਾ ਕਿਸਾਨ ਜਿਹੜਾ ਜੇਲ੍ਹ ਵਿੱਚ ਰਹਿ ਕੇ ਆਇਆ ਉਹਦਾ ਦੱਸਣਾ ਇਹ ਆ ਕਿ ਪੰਜਾਬ ਸਰਕਾਰ ਨੇ ਉਹਨੂੰ ਫੜ ਕੇ ਵਧਿੱਕੀ ਕੀਤੀ ਆ ਉਹਦੇ ਨਾਲ ਜ਼ਿਆਦਤੀ ਹੋਈ ਆ ਉਹਦਾ ਕਹਿਣਾ ਇਹ ਆ ਕਿ ਜਿਹੜੀ ਫਸਲ ਹਾੜੀ ਦੀ ਉਹਨੇ ਹਲੇ ਮੰਡਿਆ ਛੁੱਟੀ ਆ ਉਹਦੇ ਪੈਸੇ ਆਰਤੀਆ ਬਲੋਜ ਨਹੀਂ ਆਏ ਜਦੋਂ ਆਰਥੀਓ ਵੱਲੋਂ ਪੈਸੇ ਆਉਣੇ ਸੀਗੇ ਤਾਂ ਉਹਨੇ ਆਰਥੀਏ ਦਾ ਹਿਸਾਬ-ਦਾਬ ਕਰਕੇ ਬਾਕੀ ਦੇ ਬਚੇ ਪੈਸੇ ਨਾਲ ਬੈਂਕ ਦਾ ਕਰਜ਼ਾ ਉਤਾਰਨਾ ਸੀ ਪਰ ਪੈਸੇ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਨਾ ਹੈਰਾਨੀ ਦੀ ਗੱਲ ਕਿਸਾਨ ਕੋਲੇ ਜੇ ਪੈਸਾ ਆਇਆ ਨਹੀਂ ਤੇ ਤੁਸੀਂ ਗ੍ਰਿਫਤਾਰ ਉਹਨੂੰ ਪਹਿਲਾਂ ਹੀ ਕਰ ਲਿਆ ਜਦੋਂ ਕਿ ਚਾਹੀਦਾ ਇਹ ਸੀ ਕਿ ਕਿਸਾਨ ਜਿਨੇ ਹਰੀ ਕ੍ਰਾਂਤੀ ਲੈਂਦੀ ਆ ਜਿਨੇ ਪੂਰੇ ਦੇਸ਼ ਦਾ ਅੰਨ ਭਰਿਆ ਉਹਦੇ ਹਾਲਾਤਾਂ ਨੂੰ ਧਿਆਨ ਕੀਤਾ ਜਾਂਦਾ ਜਾਂ ਜਿਹੜਾ ਆ ਉਹ ਘੱਟੋ-ਘੱਟ ਉਹਨੂੰ ਫੜਨ ਤੋਂ ਪਹਿਲਾਂ ਇਹ ਪੁੱਛਿਆ ਜਾਂਦਾ ਕਿ ਉਹਨੇ ਜਿਹੜਾ ਕਰਜ਼ਾ ਆ ਉਹ ਕਿਉਂ ਤਾਰ ਰਿਆ ਨਹੀਂ ਕਿਉਂ ਜਿਹੜਾ ਡਿਫਾਲਟ ਹੋਇਆ ਕਿਉਂ ਦੀ ਕਿਸਤੇ ਟੁੱਟੀਆਂ ਤੇ ਦੂਜੇ ਇੱਕ ਹੋਰ ਸੋਮਨਾਥ ਜਿਹੜਾ ਕਿਸਾਨ ਆ ਉਹਦੇ ਦੁੱਖਾਂ ਦੀ ਕਹਾਣੀ ਤਾਂ ਹੈ ਵੱਖਰੀ ਉਹਦਾ ਦੱਸਣਾ ਇਹ ਆ ਕਿ ਉਹਨੇ ਕਈ ਸਾਲ ਪਹਿਲਾਂ ਬੈਂਕ ਤੋਂ 6 ਲੱਖ ਦਾ ਕਰਜ਼ਾ ਲਿਆ ਸੀ ਔਰ ਇਹ ਕਰਜ਼ਾ ਬੈਂਕ ਦੇ ਚੇਅਰਮੈਨ ਨੇ ਦਵਾਇਆ ਉਹਨੂੰ ਇਹ ਕਹਿ ਕੇ ਕਿ ਉਹ ਇੱਕ ਪਲਾਟ ਦੇ ਵਿੱਚ ਨਿਵੇਸ਼ ਕਰ ਲੈ ਤੇ ਇਹ ਪਲਾਟ ਮਹਿੰਗੇ ਭਾਅ ਕਾ ਦੂਗਾ ਹੁਣ ਇਸ ਵਿੱਚ ਅਸਲ ਸੱਚ ਮੰਨਿਆ ਜਾਵੇ ਤਾਂ ਇਹ ਕਿ ਜਿਹੜਾ ਦੋਸ਼ੀ ਆ ਉਹ ਕਿਸਾਨ ਸੋਮਨਾਥ ਨਹੀਂ ਦੋਸ਼ੀ ਉਹ ਚੇਅਰਮੈਨ ਆ ਜਿਨੇ ਇਹ ਕਰਜ਼ਾ ਦਵਾਇਆ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਬੈਂਕ ਨੇ ਖੇਤੀਬਾੜੀ ਵਿਕਾਸ ਬੈਂਕ ਉਹਨਾਂ ਦੇ ਚੇਅਰਮੈਨ ਸਿਆਸੀ ਲੀਡਰ ਹੁੰਦੇ ਆ ਇੱਕ ਗੱਲ ਦੂਜੀ ਗੱਲ ਇਹ ਕਿ ਉਹਨੇ ਨਿਵੇਸ਼ ਕਰਨ ਦਾ ਲਾਲਚ ਦੇ ਕੇ ਕਿਸਾਨ ਨੂੰ ਕਰਜ਼ਾ ਦਵਾਇਆ ਪਰ ਕਿਸਾਨ ਦਾ ਇਹ ਕਹਿਣਾ ਕਿ ਕਰਜ਼ਾ ਜਿਹੜਾ ਆ ਉਹ ਮਿਲਿਆ ਹੀ ਨਹੀਂ ਜਿਹੜਾ ਪਲਾਟ ਆ ਉਹਨੇ ਲਈ ਨਹੀਂ ਤੇ ਕਰਜ ਤੇ ਵਿਆਜ ਜਿਹੜਾ ਪੈਣਾ ਉਹ ਸ਼ੁਰੂ ਹੋ ਗਿਆ ਤੇ ਜਿੰਨੀ ਰਕਮ ਉਹਨੇ ਕਰਜ ਦੀ ਲਈ ਸੀ ਉਨੀ ਰਕਮ ਵਿਆਜ ਦੀ ਬਣ ਗਈ ਸੋ ਅਜਿਹੇ ਜਿਹੜੇ ਹੋਰ ਵੀ ਕਈ ਸਾਰੀਆਂ ਕਹਾਣੀਆਂ ਹੋਣਗੀਆਂ ਜਿੱਥੇ ਕਿਸਾਨਾਂ ਨੂੰ ਬਿਨਾਂ ਵਜਾ ਜਿਹੜਾ ਆ ਉਹ ਗ੍ਰਿਫਤਾਰ ਦੇ ਬਰੰਟ ਜਾਰੀ ਕੀਤੇ ਗਏ ਆ ਜਾਂ ਬਿਨਾਂ ਵਜਾ ਜਿਹੜਾ ਆ ਉਹ ਤੁੰਗਿਆ ਗਿਆ ਸਾਡੇ ਕੋਲੇ ਇੱਕ ਹੋਰ ਅੰਕੜੇ ਨੇ ਉਹਦੇ ਵਿੱਚ ਇੱਕ ਤਾਂ ਇੱਕ ਉਥੋਂ ਪਹਿਲਾਂ ਸੀ ਗੱਲ ਹੋਰ ਕਰ ਲੈਂਦੇ ਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2017 ਵਿੱਚ ਕਿਹਾ ਸੀ ਕਿ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮਾਫ ਹੋ ਜਾਊਗਾ ਵੱਡੀ ਗਿਣਤੀ ਕਿਸਾਨ ਜਿਹੜੇ ਆ ਇਹ ਸ਼ਾਸਨ ਨਾਲ ਵੀ ਕਰਜ਼ਾ ਨਹੀਂ ਉਤਾਰਿਆ ਕਿ ਉਹਨਾਂ ਦਾ ਕਰਜ਼ਾ ਮਾਫ ਹੋ ਜਾਣਾ ਕੁਝ ਲੋਕਾਂ ਦਾ ਕਰਜ਼ਾ ਮਾਫ ਹੋਇਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਉਹ ਲੋਕ ਵੀ ਕਰਜ਼ਾ ਮਾਫ ਕਰਾ ਗਏ ਜਿਨ੍ਹਾਂ ਦਾ ਖੇਤੀ ਨਾਲ ਸੰਬੰਧ ਕੋਈ ਨਹੀਂ ਜਦੋਂ ਕੈਪਟਨ ਮਨਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀਗਾ ਕਿ ਕਰਜ਼ਾ ਮਾਫ ਕੀਤਾ ਜਾਊਗਾ 2 ਲੱਖ ਤੱਕ ਦਾ 5 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਦਾ ਤਾਂ ਕਈ ਉਹ ਮੁਲਾਜ਼ਮ ਕਈ ਉਹ ਹੋਰ ਕਿੱਤਿਆਂ ਵਾਲੇ ਲੋਕ ਜਿਹੜੇ ਆ ਜਿਨ੍ਹਾਂ ਕੋਲੇ ਜਿਹੜੀ ਜ਼ਮੀਨ ਆ ਉਹ 500 ਘੱਟ ਸੀ ਕਰਜ਼ਾ 2 ਲੱਖ ਦਾ ਲੈ ਲਿਆ ਤੇ ਉਹ ਮਾਫੀ ਕਰਾ ਗਏ ਸੋ ਕਿਸਾਨ ਜਿਹੜਾ ਅਸਰ ਕਰਜ਼ੇ ਦਾ ਹੱਕਦਾਰ ਸੀ ਉਹਦਾ ਕਰਜ਼ਾ ਮੁਆਫ ਨਹੀਂ ਹੋਇਆ ਪਰ ਦੂਜੇ ਲੋਕ ਖੱਟੀ ਦੋਰੀ ਖੱਟ ਗਏ ਕਰਜ਼ਾ ਵੀ ਲੈ ਲਿਆ ਤੇ ਮਾਫੀ ਕਰਾ ਲਿਆ ਸਾਡੇ ਕੋਲ ਜਿਹੜੇ ਕੰਕੜੇ ਨਵੇਂ ਆਏ ਆ ਉਹ ਇਹ ਆ ਕਿ ਪੰਜਾਬ ਵਿੱਚ ਕੋਈ 8 ਲੱਖ ਕਿਸਾਨ ਪਰਿਵਾਰ ਜਿਹੜੇ ਆ ਉਹ ਖੇਤੀ ਕਰਦੇ ਆ ਇਹਨਾਂ ਵਿੱਚੋਂ 60% ਕਿਸਾਨ ਸਮੇਂ ਸਿਰ ਆਪਣਾ ਕਰਜ਼ਾ ਮੋੜ ਰਹੇ ਆ ਹੁਣ ਜਿਹੜੀ ਇੱਕ ਗਿਣਤੀ ਸਾਹਮਣੇ ਆਈ ਆ ਉਹ ਇਹ ਕਿ ਸਿਰਫ ਤੇ ਸਿਰਫ 71000 ਕਿਸਾਨ ਜਿਹੜਾ ਉਹ ਡਿਫਾਲਟਰ ਆ ਸੋ ਕਿਸਾਨ ਜਿਨ੍ਹਾਂ ਨੇ ਕਰਜ਼ਾ ਲਿਆ ਹੋਇਆ ਉਹਨਾਂ ਵਿੱਚੋਂ ਸਿਰਫ 5% ਡਿਫਾਲਟਰ ਨੇ ਤੇ ਇਹ ਵੀ ਦੱਸ ਦਈਏ ਕਿ ਹਰੇਕ ਕਿਸਾਨ ਦੇ ਸਿਰ ਜਿਹੜਾ ਆ ਉਹ 4.5 ਲੱਖ ਰੁਪਏ ਦਾ ਕਰਜ਼ਾ ਆ ਜੇ ਸਿਰਫ 5% ਦੀ ਕਿਸਾਨ ਡਿਫਾਲਟ ਰਿਹਾ ਉਹ ਵੀ ਇਸ ਕਰਕੇ ਜਾਂ ਤਾਂ ਇਹ ਆ ਕਿ ਉਹਦੀ ਮਿਹਨਤ ਨੂੰ ਬੂਰ ਨਹੀਂ ਪਿਆ ਜਿਵੇਂ ਆਪਾਂ ਕਹਿ ਲਈਏ ਕਿ ਮਾਲ ਵਿੱਚ ਨਰਮਾ ਸੁੰਡੀ ਖਰਾਬ ਕਰ ਗਈ ਇਸ ਵਾਰੀ 10 ਤੋਂ 20% ਜਿਹੜਾ ਝਾੜਿਆ ਉਹ ਘਟ ਗਿਆ ਤੇ ਕਿਸਾਨ ਜਿਹੜਾ ਆਪਣਾ ਕਰਜ਼ਾ ਮੋੜਨ ਦੀ ਇੱਛਾ ਵੀ ਰੱਖਦਾ ਆ ਜਿਹੜਾ ਅਣਖੀ ਆ ਫੇਰ ਵੀ ਉਹਦੀ ਜਿਹੜੀ ਅਣਖ ਆ ਉਹਨੂੰ ਸਰਕਾਰ ਨੇ ਬੰਗਾਰਿਆ ਜਾਂ ਆਪਾਂ ਕਹਿ ਲਈਏ ਕਿ ਕਿਸਾਨ ਦੀ ਜਿਹੜੀ ਇੱਜ਼ਤ ਆ ਉਹਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਜਿਹੜੀ ਹੋਰ ਗੱਲ ਕਰਨੀ ਇਥੇ ਬਣਦੀ ਆ ਉਹ ਇਹ ਕਿ ਚਾਹੇ ਜਿਹੜੇ ਗ੍ਰਿਫਤਾਰੀ ਬਰੰਟਿਆ ਸਰਕਾਰ ਨੇ ਕਹਿ ਦਿੱਤਾ ਕਿ ਉਹ ਵਾਪਸ ਲੈ ਲੈ ਗ੍ਰਿਫਤਾਰੀਆਂ ਨਹੀਂ ਹੋਣਗੀਆਂ ਪਰ ਸਾਡੇ ਇੱਕ ਧਿਆਨ ਖੋੜ ਖਬਰ ਆਈ ਆ ਕਿ ਪੰਜਾਬ ਦੇ ਮਾਲ ਭਗਨ ਨੇ ਫੈਸਲਾ ਲਿਆ ਕਿ ਭਵਿੱਖ ਵਿੱਚ ਉਹ ਹੀ ਰਜਿਸਟਰੀਆਂ ਹੋਣਗੀਆਂ ਜਿਹੜੇ ਖਰੀਦਦਾਰ ਆਪਣਾ ਸਹਿਕਾਰੀ ਵਿਭਾਗ ਕੋਲੋਂ ਅਤੇ ਬਿਜਲੀ ਬੋਰਡ ਕੋਲੋਂ ਐਨਓਸੀ ਸਰਟੀਫਿਕੇਟ ਲੈ ਕੇ ਆਣਗੇ ਗੱਲ ਉਹੀ ਹੋ ਗਈ ਕਿ ਕੰਨ ਇੱਧਰ ਦੀ ਫੜ ਲਓ ਜਾਂ ਉਲਟੇ ਹੱਥੀ ਫੜ ਲਓ ਸਿੱਧੇ ਇੱਧਰ ਫੜ ਲਓ ਗੱਲ ਉਹੀ ਆ ਸੋ ਕਿਸਾਨ ਜੇ ਉਹਦੇ ਸਿਰ ਹੱਲੇ ਕਰਜ਼ਾ ਖੜਾ ਆ ਉਹਨੂੰ ਐਨਓਸੀ ਜਿਹੜਾ ਸਹਿਕਾਰੀ ਵਿਭਾਗ ਆ ਉਹ ਕਿਵੇਂ ਦੇ ਦੂਗਾ ਜਾਂ ਬਿਜਲੀ ਦੀ ਗੱਲ ਵੀ ਕਰ ਲਈਏ ਕਿ ਜੇ ਇਹ ਸਰਕਾਰ ਨੇ ਕਿਹਾ ਕਿ 31 ਦਸੰਬਰ 2021 ਤੱਕ ਸਾਰੇ ਬਿੱਲ ਮੁਆਫ ਕਰਤੇ ਡਿਫਾਲਟਰਾਂ ਦੇ ਤੇ ਜਿਹੜੇ ਹਾਲੇ ਹਿਸਾਬਤਾ ਵੀ ਨਹੀਂ ਹੋਇਆ ਤਾਂ ਉਹਨੂੰ ਐਨਓਸੀ ਜਿਹੜੀ ਆ ਉਹ ਕਿਵੇਂ ਮਿਲ ਜੂਗੀ ਸੋ ਇਸ ਹਾਲਤ ਵਿੱਚ ਆਪਾਂ ਨੂੰ ਇਹ ਮੰਨਣਾ ਪਊਗਾ ਕਿ ਕਿਸਾਨ ਚਾਹੇ ਸਰਕਾਰ ਕਹਿੰਦੀ ਆ ਰਹੀ ਆ ਕਿ ਅਸੀਂ ਸਾਡਾ ਅਨਦਾਤਾ ਆ ਅਸੀਂ ਉਹਦੀ ਇੱਜ਼ਤ ਕਰਦੇ ਆ ਜਾਂ ਜਿਹੜੇ ਹੈਗੇ ਆ ਸਾਰਾ ਕੁਝ ਵਾਪਸ ਲੈ ਲਿਆ ਗਿਆ ਗ੍ਰਫਤਾਰੀ ਬਰੰਟ ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਜਿਹੜਾ ਆ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਕਿਸਾਨ ਆ ਉਹਤੇ ਜਿਹੜੀ ਦੁੱਖਾਂ ਦੀ ਪੰਡਿਆ ਉਹ ਹਲਕੀ ਨਹੀਂ ਹੋ ਰਹੀ ਦਨ ਵਿਧਾਨ ਜਿਹੜੀਆਂ ਉਹਦੇ ਮੱਥੇ ਤੇ ਫਿਕਰ ਦੇ ਲਕੀਰੇ ਆ ਗੂੜੀਆਂ ਹੋ ਰਹੀਆਂ ਤੇ ਇੱਥੇ ਵੀ ਕਹਿ ਲਿਆ ਕਿ ਜਿਹੜੀਆਂ ਅੱਜ ਕੱਲ ਰਜਿਸਟਰੀਆਂ ਹੋਣ ਜਾਂ ਉਹ ਬਤੇਰੇ ਕਿਸਾਨਾਂ ਦੀਆਂ ਹੋਣੀਆਂ ਸਿਰਫ ਰਜਿਸਟਰੀਆਂ ਤੇ ਇਹ ਜਿਹੜਾ ਇੱਕ ਪਾਬੰਦੀ ਲਾਈ ਹੈਗੀ ਸਗੋਂ ਕੋਈ ਵੀ ਜਾਇਦਾਦ ਜਿਹੜੀ ਤੁਸੀਂ ਟਰਾਂਸਫਰ ਕਰਨੀਆਂ ਜੇ ਕਿਸਾਨ ਅੱਜ ਆਪਣੀ ਜਿਹੜੀ ਜਾਇਦਾਦ ਆ ਉਹ ਟਰਾਂਸਫਰ ਕਰਦਾ ਆਪਣੇ ਬੱਚਿਆਂ ਦੇ ਨਾਂ ਤਾਂ ਟਰਾਂਸਫਰ ਕਰਨ ਤੋਂ ਪਹਿਲਾਂ ਉਹਨੂੰ ਸਹਿਕਾਰਤਾ ਵਿਭਾਗ ਦਾ ਕੋਈ ਤਰਾਜ਼ੀ ਸਰਟੀਫਿਕੇਟ ਅਤੇ ਬਿਜਲੀ ਬੋਰ ਦਾ ਸਰਟੀਫਿਕੇਟ ਆ ਉਹ ਦੇਣਾ ਪਊਗਾ ਸੋ ਸਰਕਾਰ ਨੇ ਆਪਾਂ ਕਹਿ ਲਈ ਕਿ ਟੈਂਡ ਜਿਹੜਾ ਨਵਾਂ ਕਰਨਾ ਪਾਤਾ ਵੈਸੇ ਮਾਲ ਮੰਤਰੀ ਜਿਹੜੇ ਬ੍ਰह्म ਜਿੰਪਾ ਜੀ ਆ ਉਹ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਰੇ ਆ ਰਹੇ ਆ ਲੰਘੇ ਕੱਲ ਮੋਗੇ ਵਿੱਚ ਕਾਫੀ ਜਿਹੜਾ ਆ ਰੌਲਾ ਪੱਪਿਆ ਤੇ ਉਹਨਾਂ ਨੂੰ ਜਿਹੜਾ ਪ러스ਪਸ਼ਟੀ ਕਰਨ ਦੇ ਦਿੱਤਾ ਤੇ ਇਹਦੇ ਨਾਲ ਹੀ ਇਹ ਕਹਿਦੀ ਏ ਕਿ ਮਾਲ ਅਫਸਰਾਂ ਨੇ ਬਾਈਕਾਟ ਕਰਨ ਦੀ ਜਿਹੜੀ ਚੇਤਾਵਨੀ ਆ ਉਹ ਦੇ ਦਿੱਤੀ ਹੁਣ ਇੱਕ ਗੱਲ ਜਿਹੜੀ ਹੋਰ ਕਰ ਲਈ ਏ ਉਹ ਹੈ ਸੁਮੇਤ ਸਿਆਣੀ ਤੇ ਪੀटीसी ਨਾਲ ਜੁੜੀ ਹੋਈ ਪੀटीसी ਦਾ ਮਾਮਲਾ ਕਾਫੀ ਜਿਹੜਾ ਮਗਿਆ ਹੋਇਆ ਅਸੀਂ ਪਿਛਲੇ 2 ਦਿਨ ਲਗਾਤਾਰ ਨਨਸੀ ਕੋ ਮਰਦੀ ਗੱਲ ਕਰਦੇ ਆ ਰਹੇ ਆ ਜਾਂ ਪੀटीसी ਦੇ ਐਮ ਡੀ ਰਵਿੰਦਰ ਨਰੈਣ ਦੀ ਗੱਲ ਕਰਦੇ ਆ ਰਹੇ ਆ ਕਿ ਉਹ ਇਹ ਮੁਸ਼ਕਲਾਂ ਵਧ ਰਹੀਆਂ ਪਰ ਅੱਜ ਇੱਕ ਸਾਨੂੰ ਹੋਰ ਖਬਰ ਮਿਲੀ ਆ ਕਿ ਮੁਸ਼ਕਲਾਂ ਦਾ ਵਧ ਰਹੀਆਂ ਸਪੈਸ਼ਲ ਇਨਵੈਸਟੀਗੇਟਰ ਟੀਮ ਦੀ ਆ ਵੀ ਜਿਹੜੀ ਟੋਟਲ ਮਾਮਲੇ ਦੀ ਜਾਂਚ ਕਰ ਰਹੀ ਆ ਮਹਾਰਾਜੀ ਦੀ ਅਦਾਲਤ ਨੇ ਐਸ ਆਈ ਟੀ ਸਪੈਸ਼ਲ ਇਨਵੈਸਟੀਗੇਟਰ ਟੀਮ ਨੂੰ ਕਿਹਾ ਕਿ ਸਾਨੂੰ ਤੁਸੀਂ ਉਹ ਸਾਰਾ ਰਿਕਾਰਡ ਦਿਓ ਜਿਹੜਾ ਹੁਣ ਤੱਕ ਤੁਸੀਂ ਇਸ ਮਾਮਲੇ ਵਿੱਚ ਪੜਤਾਲ ਕੀਤੀ ਆ ਪਤਾ ਇਹ ਲੱਗਾ ਕਿ 2-3 ਦਿਨ ਤੋਂ ਜਿਹੜੀ ਹੈਗੀ ਆ ਐਸਆਈਟੀ ਉਹ ਆਨੇ ਬਹਾਨੇ ਬਚਦੀ ਆ ਰਹੀ ਆ ਆਪਣੀ ਰਿਪੋਰਟ ਦੇਣ ਦੀ ਇਹਦੇ ਦੋ ਆ ਜਾਂ ਤਾਂ ਐਸਆਈਟੀ ਨੇ ਕੰਮ ਨਹੀਂ ਕੀਤਾ ਜਾਂ ਜਿਹੜੀ ਉਹਦੀ ਆਪਣੀ ਹੋਰ ਕੋਈ ਮਜਬੂਰੀ ਬਣੀ ਹੋਈ ਆ ਪਰ ਇਥੇ ਮੈਂ ਦੱਸਦਾ ਕਿ ਅਦਾਲਤ ਕੋਲੇ ਇਹ اختیار ਆ ਕਿ ਉਹ ਐਸਆਈਟੀ ਤੋਂ ਸਮੇਂ ਸਮੇ ਜਿਹੜੀ ਜਾਂਚ ਰਿਪੋਰਟ ਆ ਉਹ ਮੰਗ ਸਕਦੀ ਆ ਹੁਣ ਐਸਆਈਟੀ ਜਾਂਚ ਰਿਪੋਰਟ ਸੌਂਪਦੀ ਆ ਨਹੀਂ ਸੌਂਪਦੀ ਆ ਘੱਟੋ ਘੱਟ ਕੱਲ ਤੱਕ ਦਾ ਜਿਹੜੀ ਆ ਉਹ ਨਹੀਂ ਸੀ ਸੌਂਪੀ ਇਹ ਸਮਾਂ ਦੱਸੂਗਾ ਤੇ ਨਾਲ ਹੀ ਨਾਲ ਇਹ ਸਾਰਾ ਕੁਝ ਵੀ ਸਾਹਮਣੇ ਆਜੂਗਾ ਕਿ ਜਿਹੜੀ ਐਸਆਈਟੀ ਆ ਉਹ ਮਾਮਲੇ ਤੇ ਮਿੱਟੀ ਪਾਣਾ ਚਾਹੁੰਦੀ ਆ ਜਾਂ ਜਿਹੜੀ ਚਾਲਿਆ ਉਹ ਇੰਨੀ ਸੁਸਤ ਆ ਜਾਂ ਕੋਈ ਹੋਰ ਵਜਾ ਆ ਇਹਦੇ ਨਾਲ ਹੀ ਗੱਲ ਕਰ ਲਈਏ ਸੁਮੇਧ ਸਿਆਣੀ ਦੀ ਸੁਮੇਧ ਸਿਆਣੀ ਜਿਹੜਾ ਬੜੇ ਤਰ੍ਹਾਂ ਦੇ ਬਵਾਦਾਂ 'ਚ ਘਿਰਿਆ ਹੋਇਆ ਜਿੱਤੇ ਦੋਸ਼ਿਆ ਕਿ ਉਹਨੇ ਸਿਰੇ ਦਾ ਟੌਰਚਰ ਕੀਤਾ ਜਿੱਤੇ ਇਲਜ਼ਾਮ ਲੱਗਦਾ ਕਿ ਉਹਨੇ ਕਈ ਬੰਦੇ ਅਗਵਾ ਕਰਕੇ ਮਾਰਤੇ ਸੀਗੇ ਜਿਨ੍ਹਾਂ ਵਿੱਚ ਇੱਕ ਮੁਲਤਾਨੀ ਕੇਸ ਵੀ ਆ ਹੁਣ ਪੰਜਾਬ ਸਰਕਾਰ ਨੇ ਕਰਜੀ ਦੇ ਕੇ ਸਮੇਤ ਸਿਆਣੀ ਦੀ ਬੇਲ ਰਿਜੈਕਟ ਕਰਾਉਣ ਦੀ ਮੰਗ ਕੀਤੀ ਆ ਇਹ ਕੇਸ ਜਿਹੜਾ ਇਹ ਜੁੜਿਆ ਹੋਇਆ ਸਮੇਤ ਸਿਆਣੀ ਵੱਲੋਂ ਖਰੀਦੀ ਕੋਠੀ 20 ਸੈਕਟਰ ਦੀ 3048 ਨੰਬਰ ਨਾਲ ਸਰਕਾਰ ਦਾ ਇਹ ਕਹਿਣਾ ਆ ਕਿ ਇਸ ਕੋਠੀ ਦੀ ਜਿਹੜੀ ਖਰੀਦ ਆ ਉਹਦੀ ਜਾਂਚ ਚੱਲ ਰਹੀ ਆ ਅਸੀਂ ਪਿੱਛੇ ਵੀ ਤੁਹਾਡੇ ਸਾਹਮਣੇ ਪਾਈ ਸੀ ਕਿ 3048 ਨੰਬਰ ਕੋਠੀ 20 ਸੈਕਟਰ ਦੀ ਦੋ ਕਨਾਲ ਦੀ ਕੋਠੀ ਜਿਹੜੀ ਆ ਉਹ ਸਮੇਤ ਸਿਆਣੀ ਨੇ ਹਰਿਆਣਾ ਦੇ ਇੱਕ ਬਹੁਤ ਵੱਡੇ ਸਿਆਸੀ ਲੀਡਰ ਕੋਲੋਂ ਖਰੀਦੀ ਸੀ ਜਿਹੜੀ ਪੰਜਾਬ ਸਰਕਾਰ ਜਾਂ ਪੁਲਿਸ ਇਹ ਜਾਣਨਾ ਚਾਹੁੰਦੀ ਆ ਕਿ ਜਿਹੜਾ ਦੋ ਕਨਾਲ ਦੀ ਕੋਠੀ ਆ ਇਹ ਕਿੱਥੋਂ ਫੰਡ ਲੈ ਗਏ ਕਿਸ ਠੇਕੇਦਾਰ ਨੇ ਬਣਾਈ ਠੇਕੇਦਾਰ ਨੂੰ ਜਿਹੜੀ ਹਦਾਇਤ ਆ ਉਹ ਕਿਵੇਂ ਕੀਤੀ ਗਈ ਇਹ ਸਾਰਾ ਕੁਝ ਜਿਹੜਾ ਆ ਇਹ ਜਾਂਚ ਦੇ ਘੇਰੇ ਚ ਆ ਰਿਹਾ ਸਰਕਾਰੀ ਵਕੀਰ ਨੇ ਅਦਾਲਤ ਵਿੱਚ ਕਿਹਾ ਕਿ ਸਮੇਤ ਸਿਆਣੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ ਦੂਜੇ ਬੰਨੇ ਜਿਹੜੀ ਬਚਾ ਪੱਖ ਆ ਸਮੇਤ ਸਰ ਦੇ ਵਕੀਲ ਆ ਉਹਨੇ ਕਹਿ ਦਿੱਤਾ ਕਿ ਉਹ ਤਾਂ ਹਰ ਤਰ੍ਹਾਂ ਜਿਹੜਾ ਉਹਨਾਂ ਦਾ ਗਾਹਕ ਆ ਜਿਹੜਾ ਹੈਗਾ ਸਮੇਤ ਸਿਆਣੀ ਉਹ ਜਾਂਚ ਵਿੱਚ ਸਹਿਯੋਗ ਦੇ ਰਿਹਾ ਇਸ ਕਰਕੇ ਪੁਲਿਸ ਰਮਾਨ ਦੀ ਕੋਈ ਲੋੜ ਨਹੀਂ ਹੈ ਪਰ ਨਵੇਂ ਹਾਲਾਤਾਂ ਵਿੱਚ ਸਰਕਾਰ ਕਿੰਨੀ ਕੁ ਗੰਭੀਰ ਆ ਜਾਂ ਜਿਹੜਾ ਸਰਕਾਰੀ ਵਕੀਲ ਆ ਉਹ ਆਪਣਾ ਪੱਖ ਜਿਹੜਾ ਆ ਉਹ ਕਿੰਨੀ ਇੱਕ ਪ੍ਰਮੁੱਖਤਾ ਨਾਲ ਪੇਸ਼ ਕਰਦੇ ਆ ਇਹ ਜਿਹੜਾ ਫੈਸਲਾ ਆ ਇਹ 25 ਅਪ੍ਰੈਲ ਨੂੰ ਤੁਹਾਡੇ ਸਾਹਮਣੇ ਆ ਜਾਵੇਗਾ ਪਰ ਇਥੇ ਮੈਂ ਦੱਸਦਾ ਕਿ ਸਮੇਲ ਸੈਣੀ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਸੀ ਇੱਕ ਰਾਤ ਅੰਦਰ ਰਹਿਣ ਤੋਂ ਬਾਅਦ ਰਾਤ 2:30 ਵਜੇ ਉਹ ਜਿਹੜੀ ਆ ਉਹ ਬੇਲ ਮਿਲ ਗਈ ਸੀ ਉਸ ਤੋਂ ਬਾਅਦ ਅਦਾਲਤ ਵੱਲੋਂ ਉਹਨੂੰ ਜਿਹੜੀ ਬਲੈਂਕਟ ਬੇਲ ਦਿੱਤੀ ਗਈ ਪਹਿਲਾਂ ਤਾਂ ਵਿਧਾਨ ਸਭਾ ਚੋਣਾਂ ਤੱਕ ਤੇ ਬਾਅਦ ਵਿੱਚ ਹੋਰ ਵਧਾਤੀ ਗਈ ਇਸ ਮਾਮਲੇ ਵਿੱਚ ਦੇਸ਼ ਦੀ ਸੁਪਰੀਮ ਕੋਰਟ ਨੂੰ ਦਖਲਅੰਦਾਜ਼ੀ ਕਰਨੀ ਪਈ ਸੀ ਕਿ ਜਿਹੜੀ ਉਹਨਾਂ ਦੀ ਬਲੈਂਕਟ ਬਿਲ ਆ ਉਹ ਅੱਖਾਂ ਵਿੱਚ ਕੇ ਕਿਉਂ ਵਧਾਈ ਜਾਂਦੀ ਜਾ ਰਹੀ ਆ ਤੇ ਵੱਡੀ ਗੱਲ ਇਹ ਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਉਹ ਜੱਜ ਜਿਵੇਂ ਨੇ ਬਲੈਂਕਟ ਬਿਲ ਦਿੱਤੀ ਆ ਜਿਹੜਾ ਸਮੇਤ ਸੈਣੀ ਦਾ ਕੇਸ ਸੁਣ ਰਿਹਾ ਉਹ ਹੁਣ ਨਵੇਂ ਕੇਸ ਦੀ ਜਿਹੜੀ ਸੁਣਵਾਈ ਆ ਉਹ ਨਹੀਂ ਕਰੇਗਾ ਸੋ ਇੰਜ ਲੱਗਦਾ ਕਿ ਸਮੇਤ ਸੈਣੀ ਦੀਆਂ ਸਮੱਸਿਆਵਾਂ ਆ ਜਿਹੜੀਆਂ ਦਿੱਕਤਾਂ ਆ ਉਹ ਅੱਕੇ ਨਾਲੋਂ ਬਦਲ ਗਿਆ ਵਾਧੀਆਂ ਨਜ਼ਰ ਆ ਰਹੀਆਂ ਤੇ ਵੈਸੇ ਕਿਹਾ ਜਾਂਦਾ ਕਿ ਜਿਹੜੀ ਇਨਸਾਫ ਦੀ ਚੱਕੀ ਆ ਉਹ ਘੁੰਮਦੀ ਆ ਚਾਹੇ ਧੇਰ ਨਾਲ ਘੁੰਮੇ ਦੂਜੇ ਬਨੇ ਵੀ ਕਿਹਾ ਜਾਂਦਾ ਕਿ ਧੇਰ ਨਾਲ ਮਿਲਿਆ ਇਨਸਾਫ ਇਨਸਾਫ ਨਹੀਂ ਹੁੰਦਾ ਪਰ ਉਹ ਲੋਕ ਜਿਨ੍ਹਾਂ ਦੇ ਬੱਚੇ ਘਰੋਂ ਕੱਢ ਕੇ ਮਾਰਤੇ ਗਏ ਉਹ ਲੋਕ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ ਉਹ ਬੀਬੀਆਂ ਜਿਨ੍ਹਾਂ ਨੂੰ ਕੋਲ ਬੈ ਕੇ ਸਮੇਸ ਐਨੇ ਪਟਵਾਇਆ ਜੇ ਇਨਸ ਹਾਫ ਅਨਰ ਸੁਮੇਤ ਸਿਆਣੀ ਮੋੜ ਜ਼ਿਲ੍ਹਾ ਦੇ ਸੇਕੋ ਚਲਾ ਗਿਆ ਤਾਂ ਘੱਟੋ-ਘੱਟ ਉਹਨਾਂ ਦੀ ਜਿਹੜੀ ਛੱਤੀ ਆ ਜਿਹੜਾ ਆ ਉਹ ਠਰ ਜਰੂਰ ਜਾਵੇਗੀ ਠੰਡ ਜਰੂਰ ਪੈ ਜਾਵੇਗੀ। ਅ ਇੱਕ ਗੱਲ ਜਿਹੜੀ ਵੱਡੀ ਗੱਲ ਨਹੀਂ ਬਣਦੀ ਉਹ ਇਹ ਪੰਜਾਬ ਕਾਂਗਰਸ ਬਾਰੇ ਕੱਲ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਬੜਿੰਗ ਦੀ ਤਾਜਪੋਸ਼ੀ ਸੀ। ਤਾਜਪੋਸ਼ੀ ਵੇਲੇ ਬੜਾ ਕੁਝ ਦੇਖਣ ਨੂੰ ਮਿਲਿਆ। ਸਭ ਤੋਂ ਵੱਡੀ ਗੱਲ ਇਹ ਕਿ ਕਾਂਗਰਸ ਨੇ ਚਾਹੇ ਇਹ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਕਿ ਸਭ ਕੁਝ ਅੱਛਾ ਆ ਪਰ ਅੱਛਾ ਨਹੀਂ ਰਿਹਾ ਸੁਨੀਲ ਜਾਖੜ ਸਮਾਗਮ ਵਿੱਚ ਆਏ ਨਹੀਂ ਨਵਜੋਤ ਸਿੰਘ ਸਿੱਧੂ ਸਮਾਗਮ ਵਿੱਚ ਆ ਕੇ ਵੀ ਦੂਰ ਰਹੇ ਵੈਸੇ ਜਦੋਂ ਉਹ ਅੰਦਰੋਂ ਕਿਸਾਨ ਕਾਂਗਰਸ ਵਿੱਚੋਂ ਨਿਕਲਣ ਲੱਗੇ ਸੀ ਤਾਂ ਰਾਜਾ ਬੜਿੰਗ ਨੇ ਉਹਨਾਂ ਨਾਲ ਦਵਾ ਸलाम ਕੀਤੀ ਤੇ ਸਾਡੇ ਸੁੱਤਰੇ ਵੀ ਕਹਿੰਦੇ ਆ ਕਿ ਰਾਜਾ ਬੜਿੰਗ ਨੇ ਸਮਾਗਮ ਵਿੱਚ ਆਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਫੋਨ ਕੀਤਾ ਇੱਕ ਵਾਰੀ ਫੋਨ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਨੇ ਉਠਾਇਆ ਨਹੀਂ ਦੂਜੀ ਵਾਰ ਉਹਨਾਂ ਨੇ ਜਿਹੜਾ ਫੋਨ ਹੈ ਆਪਣਾ ਉਹ ਚੁੱਕ ਲਿਆ ਕਰ ਲੋ ਮੰਨੇੜ ਮੰਨੇ ਮੰਨ ਨਾਲ ਸਮਾਗਮ ਵਿੱਚ ਆਏ ਪਰ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਦੇ ਰਾਜਾ ਬੜੰਗ ਜਿਹੜੇ ਆ ਪ੍ਰਧਾਨ ਬਣੇ ਆ ਤਦ ਤੋਂ ਲੈ ਕੇ ਹੁਣ ਤੱਕ ਇਹਨਾਂ ਦੋਨਾਂ ਦੀ ਜਿਹੜੀ ਮੀਟਿੰਗ ਨਹੀਂ ਹੋਈ ਸਮਾਗਮ ਦੀ ਖਾਸ ਗੱਲ ਇਹ ਕਿ ਸਿਰਫ ਨਵੇਂ ਬਣੇ ਪ੍ਰਧਾਨ ਰਾਜਾ ਬੜੰਗ ਤੇ ਐਕਟਿੰਗ ਪ੍ਰਧਾਨ ਭਾਰਤ ਪੂਛ ਰਾਜ ਸੁਨੇ ਸੰਬੋਧਨ ਕੀਤਾ ਪਤਾ ਇਹ ਵੀ ਲੱਗਾ ਕਿ ਕਾਂਗਰਸ ਨੇ ਇਸ ਵਾਰੀ ਸਮਾਗਮ ਨੂੰ ਸਫਲ ਬਣਾਉਣ ਲਈ ਇੱਕ ਵਿਸ਼ੇਸ਼ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਸੀ ਤੁਹਾਡੇ ਚਿੱਤਾਂ ਵਿੱਚ ਹੋਣਾ ਕਿ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਤਾਜਪੋਸ਼ੀ ਹੁੰਦੀ ਰਹੀ ਹੈ ਤਾਂ ਬਹੁਤ ਵੱਡੇ ਵੱਡੇ ਸਮਾਗਮ ਹੁੰਦੇ ਜਾਂਦੇ ਰਹੇ ਆ ਪਿਛਲੀ ਵਾਰੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ ਸੀ ਸੁਨੀਲ ਜਾਖੜ ਨੂੰ ਹਟਾਇਆ ਗਿਆ ਸੀ ਤਦ ਇਹ ਜਿਹੜਾ ਸਮਾਗਮ ਆ ਇਹ ਕਈ ਤਰ੍ਹਾਂ ਦਾ ਜਿਹੜਾ ਆ ਉਹ ਤਮਾਸ਼ਾ ਬਣ ਕੇ ਰਹਿ ਗਿਆ ਸੀ ਸੋ ਕਾਂਗਰਸ ਨੇ ਇਸ ਵਾਰੀ ਕਿਸੇ ਵੀ ਤਮਾਸ਼ੇ ਤੋਂ ਬਚਣ ਲਈ ਇੱਕ ਤਾਂ ਜਿਹੜਾ ਸਮਾਗਮ ਹੈ ਉਹਨੂੰ ਬਹੁਤ ਸੰਖੇਪ ਰੱਖਿਆ ਦੂਜਾ ਬੁਲਾਰਿਆਂ ਦੀ ਗਿਣਤੀ ਸਿਰਫ 2 ਤੱਕ ਸੀਮਿਤ ਰੱਖੀ ਕਾਂਗਰਸ ਦਾ ਕਹਿਣਾ ਇਹ ਆ ਕਿ ਕਿਉਂਕਿ ਜਿਹੜੇ ਲੋਕ ਆ ਉਹ ਬਾੜੀ ਵਿੱਚ ਰੁੱਝੇ ਹੋਏ ਆ ਸਮਾਂ ਨਹੀਂ ਇਸ ਕਰਕੇ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ ਗਿਆ ਪਰ ਸਾਡੀ ਜਿਹੜੀ ਜਾਣਕਾਰੀ ਇਹ ਆ ਕਿ ਕਾਂਗਰਸ ਨੇ ਕਿਸੇ ਵੀ ਤਰ੍ਹਾਂ ਦੇ ਕਲਾਕਲੇਸ਼ ਤੋਂ ਬਚਣ ਲਈ ਸਮਾਗਮ ਜਿਹੜਾ ਬਹੁਤ ਸੰਖੇਪ ਰੱਖਿਆ ਪਰ ਫਿਰ ਵੀ ਉਹ ਕੁਝ ਹੋ ਗਿਆ ਜੋ ਨਹੀਂ ਸੀ ਹੋਣਾ ਚਾਹੀਦਾ ਜੇ ਆਪਾਂ ਕਹਿ ਲਈਏ ਫਿਰ ਵੀ ਉਹ ਕੁਝ ਵਾਪਰ ਗਿਆ ਜਿਹਦਾ ਡਰ ਸੀ कल ਜਦੋਂ ਸਮਾਗਮ ਤੋਂ ਬਾਅਦ ਚਾਹ ਪਣ ਜਾ ਚੱਲ ਰਿਹਾ ਸੀਗਾ ਤਦ ਜਿਹੜੇ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਨੇ ਹਰੀਸ਼ ਚੌਧਰੀ ਉਹਨਾਂ ਨੇ ਐਕਟਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਹੱਥ ਵਿੱਚੋਂ ਬਰਫੀ ਦਾ ਪੀਸ ਖੋ ਕੇ ਪੇਸ਼ ਕਰਤੀ ਪਲੇਟ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਇਹੋ ਪਲੇਟ ਜਿਹੜੀ ਆ ਚੰਨ ਸਿੰਘ ਚੰਨੀ ਮੋਹਰੇ ਕਰਤੀ ਗਈ ਵੈਸੇ ਦੇਖਿਆ ਜਾਵੇ ਤਾਂ ਪਹਿਲੀ ਗੱਲ ਤਾਂ ਇਹ ਕਿ ਇਹ ਇਸ ਸਮਾਗਮਾਂ ਵਿੱਚ ਏਡੇ ਵੱਡੇ ਲੀਡਰਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਕਿਸੇ ਦੇ ਹੱਥ 'ਚ ਫੜਿਆ ਜਿਹੜਾ ਪੀਸ ਆ ਬਰਫੀ ਦਾ ਉਹ ਰਖਵਾ ਲਿਆ ਜਾਵੇ ਫਿਰ ਜੇ ਆਪਾਂ ਇਹਨੂੰ ਇਹ ਗੱਲ ਲੈ ਲਈਏ ਕਿ ਬੜੀ ਆਮ ਜੀ ਗੱਲ ਆ ਕਿ ਵੀਰੇ ਵਾਪਰ ਜਾਂਦਾ ਪਰ ਸਾਡੀ ਜਾਣਕਾਰੀ ਇਹ ਕਹਿੰਦੀ ਆ ਕਿ ਇਹ ਅਚੰਤਿਤ ਨਹੀਂ ਵਾਪਰਿਆ ਇਹ ਇੱਕ ਸੰਕੇਤ ਸੀ ਹਾਈ ਕਮਾਂਡ ਵੱਲੋਂ ਕਿ ਹਾਈ ਕਮਾਂਡ ਕਿਸ ਵਿਅਕਤੀ ਨੂੰ ਬਧੇਰੇ ਪ੍ਰੈਫਰੈਂਸ ਦੇਣਾ ਚਾਹੁੰਦੀ ਆ ਪਿਛਲੇ ਦਿਨ ਆਪਾਂ ਗੱਲ ਦੱਸੀ ਸੀਗੀ ਕਿ ਹਾਈ ਕੁਮਾਰ ਤਾਂ ਇਹ ਚਾਹੁੰਦੀ ਸੀਗੀ ਕਿ ਪੰਜਾਬ ਦੇ ਪ੍ਰਧਾਨ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਬਣ ਜਾਣ ਲੀਡਰ ਆਫ اپੋਜੀਸ਼ਨ ਬਾਜਵਾ ਬਣ ਜਾਣ ਪਰ ਬਾਵਾ ਸਾਹਿਬ ਨਹੀਂ ਸੀ ਚਾਹੁੰਦੇ ਕਿ ਉਹ ਦੋਨੇ ਅਹੁਦੇ ਲੈਣ ਉਹਨਾਂ ਨੂੰ ਇੰਜ ਸਗਾ ਕਿ ਲੀਡਰ ਆਫ اپੋਜੀਸ਼ਨ ਬਣ ਕੇ ਉਹ ਸੇਫ ਵੀ ਆ ਤੇ ਉਹਨਾਂ ਦਾ ਜਿਹੜਾ ਹੱਕ ਵੀ ਬਣਦਾ ਕਿਉਂਕਿ ਉਹ ਕਈ ਵਾਰੀ ਮੰਤਰੀ ਐਮਪੀ ਰਾਜਸਭਾ ਦੇ ਮੈਂਬਰ ਜਿਹੜੇ ਆ ਉਹ ਰਹਿ ਚੁੱਕੇ ਆ ਪਰ ਇੱਥੇ ਜਿਹੜਾ ਰਾਜਾ ਉਹਨਾਂ ਨੇ ਕਿਹਾ ਸੀਗਾ ਇਹ ਕਿ ਉਹ ਚਾਹੁੰਦੇ ਆ ਕਿ ਜਿਹੜੀ ਪਾਰਟੀ ਚ ਅਨੁਸ਼ਾਸਨ ਹੋਵੇ ਪ੍ਰਤੀਬੱਧਤਾ ਹੋਵੇ ਡੈਡੀਕੇਸ਼ਨ ਭਾਵ ਹੋਵੇ ਪਰ ਇਹਦੇ ਉਲਟ ਨਵਜੋਤ ਸਿੰਘ ਸਿੱਧੂ ਨੇ ਬਾਹਰ ਆ ਕੇ ਪ੍ਰਸਨਾ ਗੱਲ ਕਰਦਿਆ ਇਹ ਕਹਿ ਦਿੱਤਾ ਕਿ ਜਿਹੜਾ ਅਨੁਸ਼ਾਸਨ ਆ ਉਹ ਸਭ ਤੇ ਲਾਗੂ ਹੋਣਾ ਚਾਹੀਦਾ ਸਿਰਫ ਇੱਕ ਬੰਦੇ ਜਿਹੜਾ ਅਨੁਸ਼ਾਸਨ ਆ ਉਹ ਲਾਗੂ ਕੀਤਾ ਜਾਂਦਾ ਵੈਸੇ ਉਹ ਬੜਾ ਬਚ ਕੇ ਗੱਲ ਕਰਦੇ ਨੇ ਪਰ ਉਹਨੇ ਇੱਕ ਵੱਡੀ ਗੱਲ ਕਹਿ ਦਿੱਤੀ ਕਿ ਇੱਕ ਪਾਸੇ ਉਹ ਬੰਦਾ ਕਾਂਗਰਸ ਦਾ ਲੀਡਰ ਜਿਹਦਾ ਭਰਾ ਕਾਂਗਰਸ ਤੋਂ ਬਾੱਕੀ ਹੋ ਕੇ ਇਲੈਕਸ਼ਨ ਲੜਿਆ ਉਹ ਤੇ ਅਨੁਸ਼ਾਸਨੀ ਕਾਰਵਾਈ ਹੋਈ ਨਹੀਂ ਤੇ ਬਾਕੀਆਂ ਨੂੰ ਮੜਾ ਦਾੜ ਥੱਲੇ ਲਿਆ ਜਾਂਦਾ ਰਿਹਾ ਇਹ ਜਿਹੜੇ ਬਿਆਨਬਾਜ਼ੀ ਆ ਇਹ ਕਾਂਗਰਸ ਦੇ ਜਿਹੜੇ ਸਾਰਾ ਅੰਦਰਲਾ ਜੋ ਖੋਖਲਾਪਣ ਆ ਉਹਨੂੰ ਤਸਦੀਕ ਕਰਦਾ ਉਹਦੀ ਪੁਸ਼ਟੀ ਕਰਦਾ ਇੱਥੇ ਇੱਕ ਗੱਲ ਹੋਰ ਜਿਹੜੀ ਬੜੀ ਕਰਨ ਜੁੜੀ ਬਣਦੀ ਹੈ ਕਿ ਕੱਲ ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੇ ਇੰਚਾਰਜ ਨਵਜੋਤ ਸਿੰਘ ਸਿੱਧੂ ਰਗੜ ਗਏ ਉਹਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਇਹ ਕਹਿੰਦੇ ਰਹੇ ਆ ਕਿ ਪ੍ਰਧਾਨ ਹੁੰਦਿਆਂ ਉਹਨਾਂ ਦੇ ਹਾਈ ਕਮਾਂਡ ਨੇ ਹੱਥ ਬੰਨ੍ਹੇ ਰੱਖੇ ਇਹ ਸਚਾਈ ਤੋਂ ਕੋਹਾ ਦੂਰ ਆ ਉਹਨਾਂ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਕੋਈ ਜੇ ਹੀ ਗਲਤ ਬਿਆਨ ਬਿਆਨਵਾਜੀ ਕੀਤੀ ਆ ਤਾਂ ਉਹ ਗਲਤ ਆ ਸੋ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਸ਼ਰਿਆਮ ਝੂਠੇ ਪਾਉਣ ਤੋਂ ਜਾਂ ਉਹਨਾਂ ਦੀ ਗੱਲ ਟੱਕਣ ਤੋਂ ਜਿਹੜਾ ਗਰੇਕ ਤੇ ਅੰਦਰ ਆ ਇਸ ਵਾਰ ਜਿਹੜਾ ਆ ਉਹਨਾਂ ਨੂੰ ਟੋਕ ਦਿੱਤਾ ਗਿਆ ਇਸ ਵਾਰ ਜਿਹੜਾ ਉਹਨਾਂ ਦਾ ਜਿਹੜਾ ਆ ਇਹ ਆਪਾਂ ਕਹਿ ਲਈਏ ਕਿ ਪੜਦਾ ਚੁੱਕਤਾ ਹਰੀਸ਼ ਚੌਧਰੀ ਨੇ ਅ ਇੱਥੇ ਨਾਲ ਹੀ ਇੱਕ ਗੱਲ ਕਰਨੀ ਇਹ ਵੀ ਬਣਦੀ ਆ ਕਿ ਹਰੀਸ਼ ਚੌਧਰੀ ਜਿਹੜੇ ਆ ਉਹਨਾਂ ਉੱਤੇ ਵੀ ਕਈ ਸਾਰੇ ਇਲਜ਼ਾਮ ਲੱਗੇ ਸਗੇ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਰਾਣੇੜੀਆ ਆਪਣੀ ਪੰਜਾਬ ਚ ਹੱਟੀ ਖੋਲੀ ਰੱਖੀ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਦੂਲੋਂ ਬਾਰੇ ਤਦ ਉਹਨਾਂ ਨੇ ਇਹ ਕਿਹਾ ਕਿ ਦੂਲੋਂ ਬਾਰੇ ਉਹ ਕੁਝ ਕਹਿਣਾ ਨਹੀਂ ਚਾਹੁੰਦੇ ਤੇ ਅਨੁਸ਼ਾਸਨ ਦੀ ਗੱਲ ਕਰਦੇ ਉਹਨਾਂ ਨੇ ਕਹਿ ਦਿੱਤਾ ਕਿ ਪੰਜਾਬ ਵਿਧਾਨ ਸਭਾ ਵਿੱਚ ਜਿਹੜਾ ਅਨੁਸ਼ਾਸਨ ਭੰਗ ਹੋਇਆ ਉਹਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਤੇ ਹੋਰ ਕਾਰਵਾਈ ਜਿਹੜੀ ਆ ਕੀ ਰੰਗ ਲਿਆਊਗੀ ਇਹ ਸਾਰਾ ਕੁਝ ਸਾਰਾ ਜਿਹੜਾ ਆ ਪੱਤਰਕਾਰਾਂ ਦੇ ਸਾਹਮਣੇ ਆ ਜਾਣਾ ਸੋ ਰਾਜਾ ਬੜੰਗ ਪੰਜਾਬ ਕਾਂਗਰਸ ਨੂੰ ਸਮੇਟਣ ਚ ਕਿੰਨੇ ਕਾਮਯਾਬ ਹੁੰਦੇ ਆ ਇਹ ਸਮਾਂ ਦੱਸੂਗਾ ਪਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਹਾਈ ਕਮਾਂਡ ਦੇ ਨੇੜੇ ਆ ਪਰ ਰਾਜਾ ਬੜੰਗਣਾ ਛੱਤੀ ਦਾ ਅੰਕੜਾ ਆ ਉਹ ਵੀ ਕੱਲ ਤਾਜਪੋਸ਼ੀ ਸਮਾਗਮ ਵਿੱਚ ਨਹੀਂ ਪਹੁੰਚੇ ਸੋ ਕਾਂਗਰਸ ਜਿਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਾਰਾ ਕੁਝ ਅੱਛਾ ਆ ਉਹ ਤੋਂ ਪੜਦਾ ਜਿਹੜਾ ਆ ਉਹ ਉੱਠ ਗਿਆ ਜਿਹੜਾ ਸਾਰੇ ਦੇ ਟਕਣਾ ਚਾਹਦੇ ਸੀਗੇ ਉਹ ਟਕਿਆ ਨਹੀਂ ਰਿਹਾ ਰਿਹਾ ਗਿਆ ਪਰ ਹਾਂ ਕਾਂਗਰਸ ਦੀ ਇੱਕ ਉਹ ਸਟ੍ਰੈਟਜੀ ਕਿ ਇਸ ਵਾਰ ਦਾ ਸਮਾਗਮ ਸਾਦਾ ਰੱਖ ਕੇ ਬੁਲਾਰਿਆਂ ਦੀ ਗਿਣਤੀ ਜਿਹੜੀ ਸਿਰਫ 2 ਤੱਕ ਸੀਮਤ ਰੱਖ ਕੇ ਜਿਹੜਾ ਵੱਡਾ ਖਲਾਰਾ ਪੈਣਾ ਸੀਗਾ ਉਹ ਤੋਂ ਬਚਾ ਹੋ ਗਿਆ ਕਿਉਂਕਿ ਜਿਹੜਾ ਪਿਛਲੇ ਦਿਨੀ ਪੰਜਾਬ ਕਾਂਗਰਸ ਵਿੱਚ ਭਾਉਣ ਵਿੱਚ ਬਹੁਤ ਵੱਡਾ ਘਟਨਾ ਵਾਪਰੀ ਸੀਗੀ ਜਦੋਂ ਨਵਜੋਤ ਸਿੰਘ ਸਿੱਧੂ ਬੋਲ ਐ ਸੀਗੇ ਤਦ ਪੰਜਾਬ ਜੁਸ ਕਾਂਗਰਸ ਦੇ ਪ੍ਰਧਾਨ ਪ੍ਰੇਮਦਰ ਢਿੱਲੋਂ ਨੇ ਉਹਨਾਂ ਨੂੰ ਮੋਖੇ ਤੇ ਟੋਕ ਦਿੱਤਾ ਸੀਗਾ ਕਿ ਤੁਸੀਂ ਜਿਹੜੇ ਕਹਿੰਦੇ ਹੋ ਕਿ ਮੈਂ ਸੱਚਾ ਆ ਕਾਂਗਰਸ ਵਿੱਚ ਹੋਰ ਲੋਕ ਗਲਤ ਆ ਤੁਸੀਂ ਉਹਨਾਂ ਦੇ ਨਾਲ ਬੋ ਉਦੋਂ ਬਾਅਦ ਪੰਜਾਬ ਕਾਂਗਰਸ ਨੇ ਆਪਣੀ ਜਿਹੜੀ ਇੱਕ ਮਹਿੰਗਾਈ ਵਿਰੁੱਧ ਰੋਸ ਮਾਰਚ ਆ ਉਹ ਵੀ ਪੋਸਟਪ੍ਰੰਕ ਜਾਂ ਬਰਦਗਾਨੀ ਪਿਆ ਗਈ ਸੀ ਜਾਂ ਉਸ ਵੇਲੇ ਜਿਹੜਾ ਖਲਾਰਾ ਪਿਆ ਜੋ ਉਸ ਵੇਲੇ ਜਿਹੜੇ ਕਈ ਸਾਰੇ ਸੀਨੀਅਰ ਲੀਡਰ ਆ ਉਹਨਾਂ ਦੇ ਜਿਹੜੇ ਜਿਹੜੇ ਖੇੜੇ ਹੋਏ ਸੀਗੇ ਤੇ ਜਿਨ੍ਹਾਂ ਲੋਕਾਂ ਦੇ ਜਿਹੜੇ ਮਰ ਜਾਏ ਹੋ ਸੀਗੇ ਉਹ ਸਾਰਾ ਕੁਝ ਸ਼ਾਇਦ ਕਾਂਗਰਸ ਨੂੰ ਹਾਲ ਤੱਕ ਨਹੀਂ ਭੁੱਲਿਆ ਸੋ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਖਾਸ ਸਪੈਸ਼ਲ ਵਿੱਚ ਉਹਨਾਂ ਤੇ ਇੰਨੀ ਹੀ ਚਰਚਾ ਕੱਲ ਨੂੰ ਮਿਲਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ ਕੱਲ ਨੂੰ ਗੱਲ ਕਰਾਂਗੇ ਕੁਝ ਨਵੇਂ ਵਿਸ਼ੇਸ਼ ਵਿਸ਼ਿਆਂ ਉੱਤੇ ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਣਵਾਇਦੋਂ ਦੀ ਆਜਾਜ਼ਤ ਸਸਰੀਕਾਰ شکریہ ਮਿਹਰਬਾਨੀ